ਨਾਨਕ ਸਿੰਘ ਦਾ ਨੋਵਲ ਮੰਜਦਾਰ ਦੀ 19ਵੇਂ ਅੰਗ ਦਾ ਬਾਕੀ ਦਾ ਹਿੱਸਾ ਡਾਕਟਰ ਭੜਕ ਕੇ ਬੋਲਿਆ ਮੈਨੂੰ ਅਫਸੋਸ ਹੈ ਪੁੰਨਿਆ ਜੀ ਕਿ ਤੁਸੀਂ ਅਕਾਰਣ ਹੀ ਮੇਰੇ ਆਚਾਰਨ ਉੱਤੇ ਏਡਾ ਭਾਰੀ ਦੂਸ਼ਣ ਥੱਪ ਰਹੇ ਹੋ ਮੈਨੂੰ ਇਨਸਾਨੀਅਤ ਦਾ ਪਾਸ ਗਲ ਟੋਕ ਕੇ ਪੁੰਨਿਆ ਬੋਲੀ ਕੀ ਕਿਹਾ ਜੀ ਅਕਾਰਣ ਡਾਕਟਰ ਜੀ ਮੈਂ ਤੁਹਾਡੀ ਦੁਸ਼ਮਣ ਨਹੀਂ ਹਾਂ ਤੁਹਾਡੇ ਤੇ ਅਕਾਰਣ ਦੋਸ਼ ਲਾਵਾਂ ਮੈਂ ਹੁਣ ਤੀਕ ਜੋ ਤੁਹਾਨੂੰ ਸਮਝਦੀ ਆਈ ਸੀ ਉਹ ਤੁਹਾਨੂੰ ਇਨਸਾਨੀ ਛੱਡ ਕੇ ਦੇਵਤਾ ਦੀ ਪਦਵੀ ਤੇ ਜਾ ਪਹੁੰਚਾਉਂਦਾ ਪਟੋਲ ਦਾ ਪੋਲ ਜਦ ਖੁੱਲਿਆ ਤਾਂ ਤੁਸੀਂ ਮੈਨੂੰ ਬਿਲਕੁਲ ਹੀ ਹੋਰ ਨਜ਼ਰੀ ਆਈ ਜੇ ਕਿਸੇ ਆਮ ਆਦਮੀ 'ਚ ਮੈਂ ਉਹ ਜੀ ਕਮਜ਼ੋਰੀ ਵੇਖਦੀ ਤਾਂ ਮੇਰੇ ਦਿਲ ਨੂੰ ਇੰਨਾ ਦੁੱਖ ਨਾ ਹੁੰਦਾ ਪਰ ਇੱਕ ਉੱਚੇ ਦਰਜੇ ਦੇ ਦੇਸ਼ ਭਗਤ ਦੀ ਇਹ ਹਾਲਤ ਕਿ ਚਾਂਦੀ ਦੀਆਂ ਠਿਕਰੀਆਂ ਖਾਤਰ ਉਹਨੇ ਆਪਣੇ ਸਾਰੇ ਅਸੂਲ ਇੱਕ ਇੱਕ ਕਰਕੇ ਕੁਰਬਾਨ ਕਰ ਦਿੱਤੇ ਦੂਜੇ ਪਾਸੇ ਜਿਸ ਮਨਸੂਰ ਨੂੰ ਤੁਸੀਂ ਬਦਮਾਸ਼ ਦੀ ਪਦਵੀ ਦਿੱਤੀ ਹੈ ਉਹਦੇ ਬੂਹੇ ਤੇ ਵੀ ਕਦੇ ਮਾਇਆ ਦੀਆਂ ਥੈਲੀਆਂ ਵਾਲੇ ਲੋਕਾਂ ਨੇ ਸਜਦੇ ਕੀਤੇ ਸਨ ਕਿਉਂਕਿ ਪਿੰਡੂ ਜ਼ਮੀਨਾਂ ਦੀ ਅਲਾਟਮੈਂਟ ਪਟਵਾਰੀ ਹੋਣ ਕਰਕੇ ਉਹਦਾ ਚੋਖਾ ਹੱਥ ਸੀ ਉਹ ਵੀ ਜੇ ਚਾਹੁੰਦਾ ਤਾਂ ਮੋਟਰ ਨਾ ਸਹੀ ਕਦ ਘੋੜੀ ਟਾਂਗਾ ਤਾਂ ਜ਼ਰੂਰ ਬਣਾ ਲੈਂਦਾ ਜੇ ਤੁਹਾਡੇ ਵਾਂਗ ਲੋਭ ਦਾ ਸ਼ਿਕਾਰ ਹੋ ਕੇ ਅਸੂਲ ਨੂੰ ਪਿੱਠ ਦੇ ਬੰਦਾ ਕੀ ਇਹ ਸਬੂਤ ਦੇ ਹੁੰਦੇ ਆ ਵੀ ਤੁਸੀਂ ਕਹਿ ਸਕਦੇ ਹੋ ਕਿ ਮੈਂ ਤੁਹਾਡੇ ਤੇ ਕਾਰਨ ਦੋਸ਼ ਲਾਇਆ ਭਲਾ ਦਿਲ ਦੀ ਤੱਕੜੀ ਤੇ ਤੋਲੋ ਤਾਂ ਜ਼ਰਾ ਮਨਸੂਰ ਦੇ ਤੇ ਆਪਣੇ ਆਚਰਣ ਨੂੰ ਪੁੰਨਿਆਂ ਦੀਆਂ ਕੌੜੀਆਂ ਗੱਲਾਂ ਸੁਣ ਕੇ ਡਾਕਟਰ ਦਾ ਜੋਸ਼ ਕਾਫੀ ਹੱਦ ਤੱਕ ਝੋਂਗਿਆ ਉਹ ਜਵਾਬ 'ਚ ਕੁਝ ਕਹਿਣ ਹੀ ਲੱਗਾ ਸੀ ਕਿ ਪੁੰਨਿਆਂ ਬੋਲੀ ਮੇਰੀ ਸਲਾਹ ਇਸ ਬੈਸਟ ਨੂੰ ਹਲੇ ਹੋਰ ਲੰਮੀ ਨਾ ਕੀਤਾ ਚਾਹੀ ਕਿਉਂਕਿ ਮੇਰੀ ਕਹਾਣੀ ਅਜੇ ਮੁਕੰਮਲ ਨਹੀਂ ਹੋਈ ਡਾਕਟਰ ਨਿਰੁੱਤ ਸਾਹਾ ਜੀ ਬੋਲਿਆ ਰਹਿਣ ਦਿਓ ਇੰਨੀ ਕਾਫੀ ਹੈ ਜੇ ਨਹੀਂ ਸੁਣ ਲਈ ਹੈ ਨਾਲੇ ਰਾਤ ਬਹੁਤ ਬੀਤ ਚੁੱਕੀ ਹੈ ਹੁਣ ਇਜਾਜ਼ਤ ਦਿਓ ਉਹ ਹੂੰ ਡਾਕਟਰ ਦੇ ਨਿਰਾਦਰ ਭਰੇ ਸ਼ਬਦਾਂ ਦੀ ਪ੍ਰਵਾਹ ਨਾ ਕਰਦੀ ਪੁੰਨ ਪੁੰਨਿਆ ਬੋਲੀ ਅਜੇ ਨਹੀਂ ਕਿਉਂਕਿ ਜੇ ਨਫ਼ਰਤ ਨਾਲ ਤੁਹਾਡਾ ਦਿਲ ਪੂਰੀ ਤਰ੍ਹਾਂ ਨਹੀਂ ਭਰਿਆ ਮੈਂ ਚਾਹੁੰਨੀ ਹਾਂ ਤੁਹਾਡਾ ਨੱਕੋ ਨੱਕ ਭਰ ਕੇ ਭੇਜਾਂ ਤੁਹਾਡੇ ਅੱਗੇ ਆਪਣੀ નિર્ਦੋਸ਼ਤਾ ਸਾਬਤ ਕਰਨੀ ਨਹੀਂ ਚਾਹਦੀ ਨਾ ਹੀ ਤੁਹਾਡੇ ਪਾਸੋਂ ਪਿਆਰ ਜਾਂ ਪ੍ਰਾਣ ਦੀ ਪਿੱਛੇ ਆ ਮੰਗਾਂਗੀ ਇੰਨੀ ਬੇਅਣਖੀ ਨਹੀਂ ਆ ਫਿਰ ਵੀ ਮੇਰੀ ਸਲਾਹ ਹੈ ਕਿ ਆਪਣੀ ਕਹਾਣੀ ਮੁਕੰਮਲ ਤੌਰ ਤੇ ਤੁਹਾਨੂੰ ਸੁਣਾਵਾ ਡਾਕਟਰ ਆਨੰਦ ਉਤੇ ਪੁੰਨਿਆਂ ਦੀ ਗੱਲ ਦਾ ਕੋਈ ਅਸਰ ਨਹੀਂ ਸੀ ਜਾਪਦਾ ਨਾ ਹੀ ਪੁੰਨਿਆਂ ਦੀ ਬਾਕੀ ਕਹਾਣੀ ਸੁਣਨ ਨਾਲ ਉਹਦੀ ਕੋਈ ਦਿਲਚਸਪੀ ਮਾਲੂਮ ਹੁੰਦੀ ਸੀ ਉਸੇ ਘਿਰਨਾ ਸੂਚਕ ਰੌਂਚ ਕਹਿਣ ਲੱਗਾ ਕਰੀਬਨ ਕਰੀਬਨ ਮੈਂ ਤੁਹਾਡੀ ਬਾਕੀ ਕਹਾਣੀ ਸਮਝ ਲਈ ਹੈ ਤੁਹਾਡਾ ਯੂਸਫ ਜਿਹੜਾ ਮਰਜ਼ੇ ਇਸ਼ਕ ਚ ਸੁੱਕ ਸੁੱਕੇ ਟੀਲਾ ਹੋ ਗਿਆ ਸੀ ਗਲਬਨ ਉਸ ਰਾਤ ਤੋਂ ਬਾਅਦ ਆਪਣੀ ਕਾਮਯਾਬੀ ਦੀ ਖੁਸ਼ੀ ਨਾਲ ਫੁੱਲ ਕੇ ਕੁੱਪਾ ਹੋਣਾ ਸ਼ੁਰੂ ਹੋ ਗਿਆ ਹੋਵੇਗਾ ਪਰ ਖੈਰ ਸੁਣਾ ਦਿਓ ਬਾਕੀ ਕਹਾਣੀ ਵੀ ਪੁੰਨਿਆਂ ਨੇ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਉਹਦੇ ਬਿਆਨ ਦਾ ਪ੍ਰਤੀਕਰਮ ਰੂਪ ਡਾਕਟਰ ਇਸ ਵੇਲੇ ਕਿਹੜੇ ਪਾਸੇ ਹੋਤ ਰਿਹਾ ਹੈ ਉਹਨੇ ਜਵਾਬ ਦਿੱਤਾ मंसूर ਨੇ ਫੁੱਲ ਕੇ ਕੁੱਪਾ ਕੀ ਹੋਣਾ ਸੀ ਸਗੋਂ ਦੀ ਸਿਹਤ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੋ ਗਈ ਉਹ ਵਦਨਸੀਬ ਖ਼ਬਰ ਕਿਹੜੀ ਮਿੱਟੀ ਦਾ ਘੜਿਆ ਸੀ ਕਿ ਕਿ ਕਿਸੇ ਛਾਬੇ 'ਚ ਵੀ ਪੂਰਾ ਨਹੀਂ ਸੀ ਉਤਰਦਾ ਮੈਂ ਉਹਦੀ ਆਪਸਾਂ ਆਪਣੇ ਉੱਤੇ ਮੈਂ ਉਹਦਾ ਹਰ ਤਰ੍ਹਾਂ ਦਾ ਹੱਕ ਪਰਵਾਨ ਕਰਦੀ ਸੀ ਉਹਨੂੰ ਲਾਡ ਲਡਾਉਂਦੀ ਸੀ ਉਹਦਾ ਸਿਰ ਗੋਦੀ 'ਚ ਰੱਖ ਕੇ ਚੁੰਮਦੀ ਸੀ ਉਹਦੇ ਅਥਰੂ ਪੂੰਝਦੀ ਸੀ ਕਦੇ-ਕਦੇ ਉਹਨੂੰ ਝਿੜਕਦੀ ਵੀ ਸੀ ਇਸ ਵਰਤਾਓ 'ਚ ਪਤਾ ਨਹੀਂ ਮੈਨੂੰ ਕਿਹੋ ਜਿਹਾ ਸੁਆਦ ਪ੍ਰਾਪਤ ਹੁੰਦਾ ਸੀ ਕਿ ਮਨਸੂਰ ਦੀ ਹਰ ਇੱਕ ਹਰਕਤ 'ਚ ਮੇਰੀਆਂ ਖੁਸ਼ੀਆਂ ਦੇ ਜਿਵੇਂ ਖਜ਼ਾਨੇ ਭਰੇ ਪਈ ਹੁੰਦੇ ਸੀ ਅਕਸਰ ਇਹੋ ਜਿਹੇ ਵੇਲੇ ਮੈਂ ਮਹਿਸੂਸ ਕਰਦੀ ਸਾਂ ਜਿਵੇਂ ਮੈਂ ਤੇ ਮਨਸੂਰ ਇੱਕੋ ਚੀਜ਼ਾਂ ਦੋ ਨਹੀਂ ਪਰ ਬਦਨਸੀਬ ਮਨਸੂਰ ਛੇ ਘੜਾਪੂਏ ਡੁੱਬ ਗਿਆ ਤੇ ਮੇਰਾ ਰੋਹਾਨੀ ਸੁਆਦ ਵੀ ਖਤਮ ਕਰ ਗਿਆ ਇੱਥੇ ਆ ਕੇ ਪੁੰਨਿਆ ਥੋੜਾ ਜਿਹਾ ਰੁਕੀ ਸ਼ਾਇਦ ਉਹਦੇ ਗਲੇ 'ਚੋਂ ਆਵਾਜ਼ ਸੌਖੀ ਨਹੀਂ ਸੀ ਨਿਕਲ ਰਹੀ ਉਹਨੂੰ ਸ਼ਾਇਦ ਚੇਤਾ ਨਹੀਂ ਸੀ ਕਿ ਉਹਦੇ ਸਾਹਮਣੇ ਬੈਠਾ ਹੋਇਆ ਸਰੋਤਾ ਕਿਹੜੇ ਰੂਪ ਚ ਉਹਦੇ ਬਿਆਨ ਨੂੰ ਗ੍ਰਹਿਣ ਕਰ ਰਿਹਾ ਹੈ ਉਹ ਆਪਣੇ ਰੌਂਹ ਚ ਇਸੇ ਤਰ੍ਹਾਂ ਵਹਿਂਦੀ ਚੱਲੀ ਜਾ ਰਹੀ ਸੀ ਜਿਵੇਂ ਕਿਸੇ ਹੋਰ ਨਾਲ ਨਹੀਂ ਆਪਣੇ ਆਪ ਨਾਲ ਗੱਲਾਂ ਕਰ ਰਹੀ ਹੋਵੇ ਇੱਕ ਅਦ ਖੰਘੂਰਾ ਭਰਨ ਤੋਂ ਬਾਅਦ ਪੁੰਨਿਆ ਨੇ ਫਿਰ ਕਹਿਣਾ ਸ਼ੁਰੂ ਕੀਤਾ ਸਮਝ ਲਓ ਮੇਰੀ ਰੋਹਾਨੀ ਸਵਾਦਾਂ ਦੀ ਆਖਰੀ ਰਾਤ ਸੀ ਇੱਕੋ ਰਾਤ ਜਿਵੇਂ ਮਨਸੂਰ ਮੇਰੇ ਲਈ ਬਦਲ ਕੇ ਕੁਝ ਦਾ ਕੁਝ ਬਣ ਗਿਆ ਸਵੇਰੇ ਉੱਠ ਕੇ ਜਦ ਮੈਂ ਮਨਸੂਰ ਵੱਲ ਵੇਖਿਆ ਮੈਨੂੰ ਲੱਗਾ ਜਿਵੇਂ ਮਨਸੂਰ ਮਰ ਚੁੱਕਾ ਹੈ ਤੇ ਮੇਰੇ ਸਾਹਮਣੇ ਉਹਦੀ ਲਾਸ਼ ਮੌਜੂਦ ਹੈ ਪਉ ਮੈਂ ਮੈਨੈ ਹੀ ਸੱਚਾ ਹੁੰਦੀ ਕਿ ਮਨਸੂਰ ਦੇ ਦਿਲ ਨੂੰ ਠੇਸ ਲਾਉਣ ਵਾਲੀ ਕੋਈ ਹਰਕਤ ਜਾਂ ਗੱਲ ਕਰਾਂ ਪਰ ਮੇਰੇ ਕੀ ਵਾਸ ਸੀ ਜਦ ਕਿ ਮੇਰਾ ਅੰਦਰ ਬਾਹਰ ਉਹਦੀ ਨਫ਼ਰਤ ਨਾਲ ਭਰ ਗਿਆ ਉਹਦੀ ਸ਼ਕਲ ਜੀ ਨੂੰ ਵੇਖ ਕੇ ਮੈਂ ਖੁਸ਼ੀ ਨਾਲ ਆਪਣੇ ਆਪ 'ਚ ਨਹੀਂ ਸੀ ਸਮਾਉਂਦੀ ਹੁੰਦੀ ਵੇਖ ਕੇ ਮੈਨੂੰ ਡਰ ਆਉਣ ਲੱਗ ਪਿਆ ਮਨਸੂਰ ਜੇ ਰਾਤ ਤੋਂ ਪਹਿਲਾਂ ਮੇਰੇ ਲਈ ਦੇਵਤਾ ਸੀ ਤਾਂ ਦਿਨ ਚੜ੍ਹਦੇ ਹੋ ਮੈਨੂੰ ਰਾਕਸ਼ ਦਿਖਾਈ ਦੇਣ ਲੱਗਾ ਮੇਰਾ ਦਿਲ ਕਰੇ ਦੁਬਾਰਾ ਇਹਦੀ ਸ਼ਕਲ ਵੇਖਣ ਤੋਂ ਪਹਿਲਾਂ ਹੀ ਆਪਣੀ ਜ਼ਿੰਦਗੀ ਖਤਮ ਕਰ ਲਵਾਂ ਆਪਣੇ ਦਿਲ ਦੇ ਬਦਲੇ ਰੁੱਖ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਣਦੀ ਸਾਂ ਜੇ ਮਨਸੂਰ ਨੂੰ ਪਤਾ ਲੱਗ ਗਿਆ ਤਾਂ ਪਤਾ ਨਹੀਂ ਉਹਦਾ ਕੀ ਹਾਲ ਹੋਵੇ ਪਰ ਉਹ ਇੰਨਾ ਬੇਸਮਝ ਨਹੀਂ ਸੀ ਕਿ ਭੁਲੇਖਾ ਖਾ ਜਾਂਦਾ ਜਿੱਥੇ ਉਹ ਆਪਣੀ ਕਰਨੀ ਤੇ ਸਖਤ ਸ਼ਰਮਿੰਦਾ ਸੀ ਉੱਥੇ ਮੇਰੇ ਮਨ ਦੀ ਹਾਲਤ ਵੀ ਉਤੋਂ ਗੁੱਝੀ ਨਹੀਂ ਸੀ ਉਹ ਬੜੇ ਸੰਤਾਪ ਨਾਲ ਮਹਿਸੂਸ ਕਰ ਰਿਹਾ ਸੀ ਕਿ ਮੈਂ ਕੇਵਲ ਉਹਦੀ ਜ਼ਿੰਦਗੀ ਬਚਾਉਣ ਖਾਤਰ ਕੀ ਕਰ ਬੈਠੀ ਸੀ ਉਹ ਮੇਰੇ ਪੈਰਾਂ ਤੇ ਡਿੱਗ ਕੇ ਗਿੜਗੜਾਉਣ ਲੱਗ ਪਿਆ ਤੇ ਅਥਰੂ ਵਹਾਉਣ ਲੱਗਾ ਮੈਂ ਆਪਣੇ ਵੱਲੋਂ ਬਥੇਰਾ ਉਹਨੂੰ ਧੀਰਜ ਦੇਣ ਦੀ ਵਾਹ ਲਾਈ ਪਰ ਮਨਸੂਰ ਇਸ ਨਾਲ ਪਤੀ ਜਿ ਨਾ ਸਕਿਆ ਉਸ ਤੋਂ ਬਾਅਦ ਲਗਾਤਾਰ ਕਈ ਦਿਨੇ ਉਹ ਹਾਲਤ ਬਣੀ ਰਹੀ ਮਨਸੂਰ ਦਿਨ ਰਾਤ ਪਛਤਾਵੇ ਦੀ ਅਗਨ ਨਾਲ ਸੜਨ ਲੱਗਾ ਉਹਦੀ ਹਾਲਤ ਤੇਜ਼ੀ ਨਾਲ ਵਿਗੜਨੀ ਸ਼ੁਰੂ ਹੋ ਗਈ ਉਹਦੀ ਹਾਲਤ ਵੇਖ ਵੇਖ ਕੇ ਮੇਰਾ ਦਿਲ ਤਰਸ ਨਾਲ ਭਰ ਜਾਂਦਾ ਹਰ ਹਿੱਲੇ ਮੈਂ ਉਹਦਾ ਦਿਲ ਰੱਖਣ ਦੀ ਕੋਸ਼ਿਸ਼ ਕਰਦੀ ਪਰ ਜਿਹੜੀ ਚੀਜ਼ ਮੇਰੇ ਅੰਦਰੋਂ ਖਤਮ ਹੋ ਚੁੱਕੀ ਸੀ ਹਜ਼ਾਰ ਕੋਸ਼ਿਸ਼ ਕਰਕੇ ਵੀ ਮੈਂ ਆਪਣਾ ਅੰਦਰ ਪੈਦਾ ਨਾ ਕਰ ਸਕੀ ਮਨਸੂਰ ਲਈ ਉਹ ਆਪਾ ਵਾਲਾ ਸੁਨੇਹ ਜਿਹਦਾ ਅੰਸ਼ ਮਾਤਰ ਵੀ ਮੇਰੇ ਅੰਦਰ ਬਾਕੀ ਨਹੀਂ ਸੀ ਰਿਹਾ ਮੈਂ ਕਿੱਕਣ ਦੁਬਾਰਾ ਆਪਣੇ ਅੰਦਰ ਪੈਦਾ ਕਰਦੀ ਆਪਣੇ ਵੱਲੋਂ ਮੈਂ ਅੱਗੇ ਪਾਹਾਂਗੀ ਉਹਦਾ ਸਿਰ ਗੁੱਦੀ ਚ ਰੱਖ ਲੈਂਦੀ ਉਹਦੇ ਸਿਰ ਦੇ ਵਾਲਾਂ ਚ ਉਂਗਲਾਂ ਫੇਰਦੀ ਹੋਈ ਆਪਾ ਦਾ ਸੰਗ ਭਰਨ ਦੀ ਕੋਸ਼ਿਸ਼ ਕਰਦੀ ਪਰ ਅੰਦਰੋਂ ਮੈਨੂੰ ਜੱਪਦਾ ਜੀਕਣ ਕਿਸੇ ਸੜੀ ਹੋਈ লাশ ਨੂੰ ਲਈ ਬੈਠੀ ਆ ਫਿਰ ਵੀ ਮੈਂ ਮਨਸੂਰ ਨੂੰ ਮਰਨ ਨਹੀਂ ਦੇਣਾ ਚਾਹੁੰਦੀ ਸੀ ਮਨਸੂਰ ਤੇਜ਼ੀ ਨਾਲ ਮੌਤ ਵੱਲ ਭਜਿਆ ਜਾ ਰਿਹਾ ਸੀ ਅਖੀਰ ਮੈਂ ਇੱਕ ਦਿਨ ਸੌਦੀ ਕੋ ਮੁਕਾਕੇ ਨੂੰ ਕਹਿਤਾ ਵੀ ਵੇਖੋ ਮਨਸੂਰ ਹੁਣ ਤੇਰਾ ਰੋਣਾ ਚੀਲਾਣਾ ਫਜ਼ੂਲ ਹੈ ਜੇ ਤੂੰ ਚਾਹੇ ਮੈਂ ਫਿਰ ਉਸੇ ਤਰ੍ਹਾਂ ਤੇਰੀ ਆਪਾ ਬਣ ਜਾਾਂ ਤਾਂ ਇਹ ਗੱਲ ਕਿਆਮਤ ਤੱਕ ਨਹੀਂ ਹੋ ਸਕਣੀ ਕਿਉਂਕਿ ਇਹ ਮੇਰੇ ਵਾਸਤੇ ਗੱਲ ਨਹੀਂ ਜੋ ਕੁਝ ਹੋ ਚੁੱਕਾ ਹੋ ਚੁੱਕਾ ਹੁਣ ਤੈਨੂੰ ਇਸੇ ਤੇ ਸਬਰ ਕਰਨਾ ਪਏਗਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਵਿੱਤਰ ਪਿਆਰ ਦੇ ਹੀਰੇ ਬਦਲੇ ਤੂੰ ਨਫਸ ਦਾ ਖਡਾਉਣਾ ਵਟਾ ਲਿਆ ਪਰ ਹੁਣ ਤੈਨੂੰ ਇਹ ਸੇ ਘਟਾਉਣੇ ਤੇ ਕਨਾਇਤ ਕਰਨੀ ਪਵੇਗੀ। ਮਨਸੂਰ ਮੈਂ ਕਿੰਨੀ ਖੁਸ਼ਕਿਸਮਤ ਹੁੰਦੀ ਜੇ ਤੇਰੀ ਆਪਾ ਰਹਿ ਸਕਦੀ। ਪਰ ਅਫਸੋਸ ਤੂੰ ਇਸ ਚੀਜ਼ ਦੀ ਕੀਮਤ ਨਾ ਪਾਈ। ਪਰ ਇਸ ਵਿੱਚ ਤੇਰਾ ਵੀ ਕਸੂਰ ਨੇ ਜਜ਼ਬਾਤੀ ਕਮਜ਼ੋਰੀ ਨੇ ਤੈਨੂੰ ਪਛਪਾ ਕਰ ਦਿੱਤਾ। ਮੇਰੀ ਸੱਚੇ ਦਿਲੋਂ ਤੇਰੇ ਨਾਲ ਹਮਦਰਦੀ ਹੈ ਮਨਸੂਰ। ਇਹ ਤੋਂ ਛੁੱਟ ਤੇਰੀ ਆਸਾਨਮੰਦੀ ਨੂੰ ਵੀ ਭੁੱਲ ਨਹੀਂ ਸਕਦੀ ਜਿਹੜਾ ਤੂੰ ਇਸ ਬੇਗਾਨੀ ਦੁਨੀਆ 'ਚ ਮੈਨੂੰ ਆਪਣਾ ਤਦਾ ਹੱਥ ਦਿੱਤਾ। ਮੈਂ ਹਮੇਸ਼ਾ ਤੇਰੀ ਇੱਜ਼ਤ ਕਰਾਂਗੀ। ਤੈਨੂੰ ਸੁਖੀ ਬਣਾਉਣ 'ਚ ਕੋਈ ਹਿਲਾ ਬਾਕੀ ਨਹੀਂ ਰਹਿਣ ਦੇਾਂਗੀ ਤੇਰੇ ਕਿਸੇ ਵੀ ਕੰਮ ਆ ਕੇ ਮੇਰੇ ਦਿਲ ਨੂੰ ਸੱਚੀ ਖੁਸ਼ੀ ਹੋਏਗੀ ਪਰ ਦਿਲ ਦੀ ਹਾਲਤ ਤਾਂ ਆਦਮੀ ਦੀ ਆਪਣੇ ਵੱਸ ਨਹੀਂ ਹੁੰਦੀ ਜੇ ਕਦੀ ਹੁੰਦੀ ਤਾਂ ਮੈਂ ਤੈਨੂੰ ਹਮੇਸ਼ਾ ਉਸੇ ਪਿਆਰ ਨਾਲ ਅਪਣਾਈ ਰੱਖਦੀ ਪਰ ਮਨਸੂਰੇ ਮੇਰੇ ਵੱਸ ਤੋਂ ਬਾਹਰ ਹੈ ਮੈਂ ਪਿਆਰ ਤੋਂ ਬਿਨਾ ਹੋਰ ਸਭ ਕੁਝ ਤੈਨੂੰ ਦੇ ਸਕਾਂਗੀ ਸਭ ਕੁਝ ਤੇਰੇ ਤੇ ਸਦਕੇ ਕਰਕੇ ਖੁਸ਼ ਹੋਵਾਂਗੀ ਡਾਕਟਰ ਸੁਣਦਾ ਗਿਆ ਸੁਣ ਸੁਣ ਕੇ ਆਪਣੀ ਸੂਝ ਦੀ ਤਖਤੀ ਤੇ ਪੁੰਨਿਆਂ ਦੀ ਤਸਵੀਰਾਂ ਚਿੱਤਰਦਾ ਤੇ ਮਿਟਾਉਂਦਾ ਗਿਆ ਕੁੰਨਿਆ ਦੀ ਬਾਕੀ ਕਹਾਣੀ ਸੁਣਨ ਦੀ ਉਹਦੀ ਇੱਛਾ ਨਹੀਂ ਸੀ ਰਹੀ ਕਿਉਂਕਿ ਉਹਦੇ ਹਿਰਦੇ ਦੇ ਤਖਤ ਉਤੇ ਬਰਾਜੀ ਕੁੰਨਿਆ ਦੀ ਦੇਵੀ ਤਸਵੀਰ ਉਤੇ ਕਹਾਣੀ ਦੇ ਵਿਚਾਰਲੇ ਹਿੱਸੇ ਨੇ ਲੁੱਕ ਫੇਰ ਦਿੱਤੀ ਸੀ ਜਿਹੜੀ ਉਹਦੇ ਖਿਆਲ ਵਿੱਚ ਕਿਸੇ ਹਿੱਲੇ ਵੀ ਸਾਫ਼ ਨਹੀਂ ਸੀ ਹੋ ਸਕਦੀ ਪਰ ਉਹਦਾ ਖਿਆਲ ਗਲਤ ਨਿਕਲਿਆ ਕਹਾਣੀ ਦਾ ਬਾਕੀ ਹਿੱਸਾ ਉਹ ਜਿਉਂ-ਜਿਉਂ ਸੁਣਦਾ ਗਿਆ ਨਾਲੋਂ ਨਾਲ ਤਸਵੀਰ ਦਾ ਰੰਗ ਵੀ ਬਦਲਦਾ ਗਿਆ ਲੁੱਕ ਦੀ ਗੂੜੀ ਸਿਆਹੀ ਕੁਲ ਦੇ ਗਈ ਕਹਾਣੀ ਦਾ ਸਿਲਸਿਲਾ ਜਦੋਂ ਉਪਰੋਕਤ ਟਿਕਾਣੇ ਪੁੱਜਾ ਤਾਂ ਡਾਕਟਰ ਆਨੰਦ ਦਾ ਦਿਲ ਕਾਫੀ ਹੱਦ ਤੱਕ ਸਾਫ਼ ਹੋ ਚੁੱਕਾ ਸੀ ਹੌਲੀ-ਹੌਲੀ ਇਹ ਹਕੀਕਤ ਉਸਤੇ ਖੁੱਲਣੀ ਸ਼ੁਰੂ ਹੋਈ ਜਿਹੜੀ ਹੁਣ ਤੀਕ ਉਤਲੁਕੀ ਸੀ ਪੁੰਨਿਆਂ ਦੀ ਜਿਸ ਕਿਰਿਆ ਨੂੰ ਦੁਰਾਚਾਰ ਦਾ ਦਰਜਾ ਦੇ ਚੁੱਕਾ ਸੀ ਉਹੀ ਕਿਰਿਆ ਉਹਦੀਆਂ ਨਜ਼ਰਾਂ 'ਚ ਇੱਕ ਵਾਰੀ ਫੇਰ ਮਹਾਨਤਾ ਦਾ ਦਰਜਾ ਪ੍ਰਾਪਤ ਕਰਦੀ ਜਾ ਰਹੀ ਸੀ ਦਿਲੀ ਦਿਲ 'ਚ ਆਪਣੀ ਬੇਸਮਝੀ ਤੇ ਕੁੜ ਰਿਆ ਸੀ ਉਹਨੂੰ ਫਿਕਰ ਖਾਈ ਜਾ ਰਿਆ ਸੀ ਕਿ ਪੁੰਨਿਆਂ ਦਾ ਦਿਲ ਜਿਹਨੂੰ ਉਹ ਆਪਣੇ ਵਾਕ ਤੀਰਾਂ ਨਾਲ ਛੇਕੋ ਛੇਕ ਕਰ ਚੁੱਕਾ ਹੈ ਕਿੱਕ ਨੂੰ ਤੇ ਜ਼ਖਮਾਂ ਨੂੰ ਭਰ ਸਕੇਗਾ ਪੁੰਨਿਆ ਨੇ ਆਪਣੀ ਕਹਾਣੀ ਉਸੇ ਰੌਂਚ ਚ ਜਾਰੀ ਰੱਖੀ ਪਰ ਮਗਰੋਂ ਮੈਂ ਜਦ ਮਨਸੂਰ ਦੀ ਹਾਲਤ ਵੇਖੀ ਤਾਂ ਮੈਨੂੰ ਬੜਾ ਅਫਸੋਸ ਲੱਗਿਆ ਕਿ ਕਿਉਂ ਮੈਂ ਇੱਕਦਮ ਐਡਾ ਕੌੜਾ ਸੱਚ ਉਹਦੇ ਮੂੰਹ ਤੇ ਕਹਿ ਕੇ ਵਿਚਾਰੇ ਮੋਏ ਮਾਰੇ ਨੂੰ ਹੋਰ ਵੀ ਮਾਰ ਮੁਕਾਉਣ ਵਾਲੀ ਭੁੱਲ ਕੀਤੀ ਮੇਰੀਆਂ ਗੱਲਾਂ ਸੁਣਨ ਤੋਂ ਬਾਅਦ ਉਹ ਸੱਥਰ ਲੈ ਗਿਆ ਮੈਨਹੀਂ ਸੀ ਜਾਣਦੀ ਕਿ ਮਨਸੂਰ ਵਰਗਾ ਪਿਆਰ ਦਾ ਪੰਛੀ ਪਿਆਰ ਦੀ ਖੁਰਾਕ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਵੀ ਜਿਉਂਦਾ ਰਹਿ ਸਕੇਗਾ ਦੱਸ ਚੁੱਕੀ ਹਾਂ ਕਿ ਉਸ ਰਾਤ ਤੋਂ ਬਾਅਦ ਜਦ ਕਿ ਮੇਰੇ ਦਿਲ 'ਚ ਉਹ ਆਪਣਾ ਸਾਰਾ ਪ੍ਰਾਤਰੀ ਪਿਆਰ ਗਵਾ ਬੈਠਾ ਸੀ ਉਹਦੀ ਹਾਲਤ ਇੱਕਦਮ ਵਿਗੜਨੀ ਸ਼ੁਰੂ ਹੋ ਗਈ ਮੈਨੂੰ ਇੱਕ ਵਾਰੀ ਫੇਰ ਫਿਕਰ ਨੇ ਆ ਕੇ ਰਿਆ ਮਤੇ ਉਹ ਫੇਰ ਆਤਮ ਹੱਤਿਆ ਕਰਨ ਤੇ ਉਤਾਰੂ ਹੋ ਜਾਏ ਮੈਨੂੰ ਇਹ ਵੀ ਡਰ ਸੀ ਕਿ ਜੇ ਮਨਸੂਰ ਕੋਈ ਇਹੋ ਜਿਹਾ ਘਾਰਾ ਘਰ ਬੈਠਾ ਤੇ ਮੇਰੀ ਸਾਰੀ ਕੀਤੀ ਕਤਰੀ ਤੇ ਪਾਣੀ ਫਿਰ ਜਾਏਗਾ ਸੋ ਬਾਵਜੂਦ ਇਹ ਦੇ ਕੇ ਮੇਰਾ ਦਿਲ ਉਹਨੂੰ ਨਫ਼ਰਤ ਕਰਨ ਲੱਗ ਪਿਆ ਸੀ ਬਨਾਵਟੀ ਤੌਰ ਤੇ ਉਹਨੂੰ ਪਿਆਰ ਪੁਛਕਾਰ ਨਾਲ ਥੋੜਾ ਬਹੁਤ ਰਾਹਤ ਹੀ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਦਿਲ ਨੂੰ ਦਿਲਾਂ ਦੇ ਰਾਹ ਹੁੰਦੇ ਆ ਹਜ਼ਾਰ ਮੈਂ ਉਸ ਲਈ ਪਿਆਰ ਤੇ ਸਾੰਗ ਭਰਤੀ ਪਰ ਮਨਸੂਰ ਦੇ ਦਿਲ ਨੂੰ ਤਸੱਲੀ ਕਦੀ ਨਹੀਂ ਸੀ ਹੋ ਸਕੇ ਉਹਦੀ ਸਿਹਤ ਬਰਾਬਰ ਵਿਗੜਦੀ ਚਲੀ ਗਈ ਪਹਿਲਾਂ ਨਾਲੋਂ ਵੀ ਜਲਦੀ ਜਲਦੀ ਅੱਗੇ ਤਾਂ ਨਫਸ ਦਾ ਜਜ਼ਬਾ ਉਹਦੀ ਨੀਂਦਰ ਤੇ ਭੁੱਖ ਦਾ ਵੈਰੀ ਬਣਿਆ ਸੀ ਉਹਨੂੰ ਆਪਣੀਆਂ ਨਜ਼ਰਾਂ 'ਚ ਆਪ ਹੀ ਮੁਜ਼ਰਮ ਸੀ ਜਿਵੇਂ ਉਹ ਸਮਝੋ ਆਪਣੇ ਬੋਝ ਹੇਠਾਂ ਆਪ ਹੀ ਫਿਸਦਾ ਜਾਂਦਾ ਸੀ ਅੱਗੇ ਵਾਂਗ ਮੇਰੇ ਨਾਲ ਲਾਡ ਪਿਆਰ ਨਹੀਂ ਸੀ ਕਰ ਸਕਦਾ ਇੱਥੋਂ ਤੱਕ ਕਿ ਅੱਖਾਂ ਵੀ ਮੇਰੇ ਸਾਹਮਣੇ ਉੱਚੀਆਂ ਨਹੀਂ ਸੀ ਕਰ ਸਕਦਾ ਅਸਲੀ ਮੈਨੇਾਂ ਚੋ ਜ਼ਿੰਦਗੀ ਤੋਂ ਬੇਜ਼ਾਰ ਸੀ ਸੱਚ ਪੁੱਛੋ ਸਾਨੂੰ ਦੋਹਾਂ ਨੂੰ ਹੁਣ ਇੱਕ ਦੂਜੇ ਦਾ ਸਾਥ ਬੋਝ ਜਾਪਣ ਲੱਗ ਪਿਆ ਉਹ ਤਾਂ ਆਪਣੇ ਕੀਤੇ ਤੇ ਸ਼ਰਮਸਾਰ ਸੀ ਤੇ ਇਧਰ ਮੇਰੇ ਦਿਲ ਚੋਂ ਦੀ ਨਫ਼ਰਤ ਜ਼ਹਿਰ ਕੋਲ ਰਹੀ ਸੀ ਭਾਵੇਂ ਕਿ ਉਪਰੋਂ ਅਸੀਂ ਦੋਵੇਂ ਇੱਕ ਦੂਜੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਸੀ ਉਹ ਪਹਿਲੇ ਦਿਨ ਹੁਣ ਸੁਪਨਾ ਹੋ ਚੁੱਕੇ ਸੀ ਜਦ ਅਸੀਂ ਪਹਿਰਾ ਬੱਧੀ ਬੈਠੇ ਆਪੋ ਚ ਗੱਲਾਂ ਕਰਦੇ ਰਹਿੰਦੇ ਸੀ ਹੁਣ ਉਸੇ ਲੱਗਦੀ ਵਾ ਇੱਕ ਦੂਜੇ ਦੀਆਂ ਨਜ਼ਰਾਂ ਤੋਂ ਲੁਕਣ ਦੀ ਕੋਸ਼ਿਸ਼ ਕਰਨ ਲੱਗ ਪੈਸਾ ਮਨਸੂਰ ਦੀ ਸਿਹਤ ਵਿਗੜਦੀ ਵਿਗੜਦੀ ਇੱਥੋਂ ਤੱਕ ਪਹੁੰਚ ਗਈ ਕਿ ਉਸ ਲਈ ਟੁਰਨਾ ਫਿਰਨਾ ਮੁਸ਼ਕਲ ਹੋ ਗਿਆ ਅਖੀਰ ਲਾਚਾਰ ਹੋ ਕੇ ਉਹਨੂੰ 2 ਮਹੀਨੇ ਦੀ ਛੁੱਟੀ ਲੈਣੀ ਪਈ ਉਹਨਾਂ ਦਿਨਾਂ 'ਚ ਨਿਕਾਸੀਆਂ ਦੀਆਂ ਜ਼ਮੀਨਾਂ ਤੇ ਕਬਜ਼ਿਆਂ ਦੀ ਵਬਾ ਉੱਥੇ ਵੀ ਸਾਡੇ ਮੁਲਕ ਵਾਂਗ ਸ਼ੁਰੂ ਸੀ ਇਹ ਕੰਮ ਬਹੁਤਾ ਕਰਕੇ ਪਟਵਾਰੀਆਂ ਕਾਨੂੰਗੋਆ ਜ਼ਿਲ੍ਹੇਦਾਰਾਂ ਤੇ ਤਹਿਸੀਲਦਾਰਾਂ ਦੇ ਹੱਥਾਂ ਵਿੱਚ ਸੀ ਜਿਸ ਕਰਕੇ ਉਹਨਾਂ ਨੂੰ ਬੇਹਿਸਾਬੀ ਖੱਟੀ ਹੋ ਰਹੀ ਸੀ ਤੇ ਪਟਵਾਰੀਆਂ ਦੀ ਇਹ ਹਾਲਤ ਸੀ ਕਿ ਦੋ-ਦੋ 4-400 ਰੁਪਏ ਰੋਜ਼ਾਨਾ ਲੈ ਆਉਂਦੇ ਸੀ ਪਰ ਆਫਰਨ ਕਹੋ ਮਨਸ ਮਨਸੂਰ ਨੂੰ ਜਿਨੇ ਕਦੀ ਇੱਕ ਕੋਡੀ ਨੂੰ ਵੀ ਹੱਥ ਨਹੀਂ ਸੀ ਲਾਇਆ ਜੇ ਉਹ ਵੀ ਆਮ ਪਟਵਾਰੀਆਂ ਵਾਲਾ ਰੁਪਈਆ ਰੱਖਦਾ ਤਾਂ ਉਸ ਕੋਲ ਜ਼ਰੂਰ 5-10 ਹਜ਼ਾਰ ਦਾ ਆਸਰਾ ਹੁੰਦਾ ਅਖੀਰ ਵਿਚਾਰਾ ਮਨਸੂਰ ਕਈ ਨਕਾਰਾ ਹੋ ਗਿਆ ਉਹ ਸਾਰਾ ਦਿਨ ਅੰਦਰ ਲੰਮਾ ਪਿਆ ਰਹਿੰਦਾ ਕਦੀ ਕਦੀ ਸਵੇਰੇ ਜਾਂ ਸ਼ਾਮੀ ਸੋਟੀ ਦੇ ਆਸਰੇ ਟੁਰ ਕੇ ਪਿੰਡੋਂ ਬਾਹਰ ਤੀਕ ਚਲਾ ਜਾਇਆ ਕਰਦਾ ਇੱਕ ਦਿਨ ਦੁਪਹਿਰੇ ਉਹ ਬਾਹਰ ਗਿਆ ਤੇ ਸੋਤੇ ਪਏ ਮੁੜਿਆ ਮੈਂ ਦੇਰ ਕਰਕੇ ਆਉਣ ਦਾ ਸਬਬ ਪੁੱਛਿਆ ਕਹਿਣ ਲੱਗਾ ਤਸੀਲੇ ਚਲਾ ਗਿਆ ਸਾਂ ਮਿਲਟਰੀ ਨੂੰ ਇਤਲਾਹ ਦੇਣ ਕਿ ਮੇਰੇ ਘਰੇ ਇੱਕ ਹਿੰਦੂ ਲੜਕੀ ਹੈ ਜਿਹਨੂੰ ਆ ਕੇ ਉਹ ਲੈ ਜਾਣ ਉਹਦੀ ਗੱਲ ਸੁਣ ਕੇ ਮੇਰੇ ਦਿਲ ਨੂੰ ਖੁਸ਼ੀ ਹੋਈ ਹਿੰਦੁਸਤਾਨ 'ਚ ਭਾਵੇਂ ਮੇਰਾ ਸਾਖ ਸਬੰਧੀ ਕੋਈ ਨਹੀਂ ਸੀ ਫਿਰ ਵੀ ਆਪਣਾ ਵਤਨ ਵੇਖਣ ਦੀ ਮੇਰੇ ਅੰਦਰ ਬੜੀ ਤੜਪ ਸੀ ਨਾਲੇ ਮੈਂ ਇਸ ਤਰ੍ਹਾਂ ਗੁਮਨਾਮੀ ਦੀ ਜ਼ਿੰਦਗੀ 'ਚ ਰਹਿੰਦੀ ਰਹਿੰਦੀ ਤੰਗ ਆ ਗਈ ਸਾਂ ਮੈਂ ਦੇਸ਼ 'ਚ ਪਹੁੰਚ ਕੇ ਆਪਣੇ ਫੈਲਰਨ ਲਈ ਆਪਣੀ ਮਰਜ਼ੀ ਦਾ ਮੈਦਾਨ ਲੱਭਣਾ ਚਾਹੁੰਦੀ ਸਾਂ ਮੈਂ ਦੇਸ਼ ਦੀ ਕਿਸੇ ਲੋੜੀਂਦੀ ਸੇਵਾ ਲਈ ਆਪਣੀ ਜ਼ਿੰਦਗੀ ਵਕਫਾ ਕਰਨਾ ਚਾਹੁੰਦੀ ਸਾਂ ਪਰ ਇਹ ਖਾਹਿਸ਼ ਹੁੰਦਿਆਂ ਵੀ ਮਨਸੂਰ ਦੀ ਗੱਲ ਸੁਣ ਕੇ ਮੈਨੂੰ ਉਹਦੀ ਹਾਲਤ ਬਾਰੇ ਬੜਾ ਫਿਕਰ ਲੱਗ ਪੈਦਾ ਹੋਇਆ ਜਦ ਮੈਂ ਉਹਨੂੰ ਉਹਦਾ ਸਬੱਬ ਪੁੱਛਿਆ ਤਾਂ ਕਹਿਣ ਲੱਗਾ ਮੈਂ ਤਾਂ ਹੁਣ ਕੋਈ ਦਿਨ ਦਾ ਪੁਰਾਣਾ ਪਰ ਮੇਰੇ ਪਿੱਛੇ 13 ਕੀ ਹਾਲ ਹੋਇਆ ਹੈ ਇਸੇ ਗੱਲ ਨੇ ਮੈਨੂੰ ਪਰੇਸ਼ਾਨ ਕਰ ਰੱਖਿਆ ਸੀ ਅਖੀਰ ਮੈਂ ਇਸ ਨਤੀਜੇ ਤੇ ਅਪੜਿਆ ਕਿ ਤੈਨੂੰ ਹਿੰਦੁਸਤਾਨ ਪਹੁੰਚਾ ਦਿਆਂ ਤੂੰ ਬੜੀ ਕੀਮਤੀ ਜ਼ਿੰਦਗੀ ਹੈ ਐਸਾ ਨਾ ਹੋਵੇ ਕਿ ਮੇਰੇ ਪਿੱਛੋਂ ਇਹ ਜਨੂਨੀ ਦਰਿੰਦੇ ਤੇਰਾ ਜੀਣਾ ਮੁਸ਼ਕਲ ਬਣਾ ਦੇਣ ਡਾਕਟਰ ਆਨੰਦ ਨੇ ਡੂੰਗਾ ਹੌਕਾ ਭਰਿਆ ਤੇ ਦੇ ਨਾਲ ਹੀ ਜਿਵੇਂ ਅਣਜਾਣੀ ਉਹਦੇ ਮੂੰਹ ਨਿਕਲ ਗਿਆ ਵਿਚਾਰਾ ਬਦਨਸੀਬ ਪੁੰਨਿਆ ਬੋਲੀ ਗਈ ਦੂਜੇ ਦਿਨ ਸਵੇਰੇ ਮਿਲਟਰੀ ਆ ਪਹੁੰਚੀ ਜਿਹਦੇ ਨਾਲ ਬੀਬੀ ਮਿਰਦੁਲਾ ਸਾਰਾ ਦੀ ਪਾਰਟੀ ਸੀ ਮਿਰਦੁਲਾ ਭੈਣ ਪਾਸ ਜਦ ਮੈਂ ਮਨਸੂਰ ਦੀਆਂ ਮਿਹਰਬਾਨੀਆਂ ਦਾ ਜ਼ਿਕਰ ਕੀਤਾ ਤਾਂ ਉਹਨੇ ਮੰਜੇ ਤੇ ਢੋਲ ਲਾਈ ਬੈਠੇ ਮਨਸੂਰ ਨੂੰ ਕਈ ਵਾਰ ਥਾਪੀ ਦਿੱਤੀ ਉਸ ਵੇਲੇ ਦਾ ਕਿਵੇਂ ਬਿਆਨ ਕਰਾਂ ਜਦ ਮੇਰੇ ਲਈ ਟਰੱਕ ਤੇ ਸਵਾਰ ਹੋਣ ਦਾ ਵੇਲਾ ਆਇਆ ਮਨਸੂਰ ਨੇ ਰਾਤ ਤੋਂ ਹੀ ਕੁਝ ਨਹੀਂ ਖਾਦਾ ਉਹਦੀਆਂ ਅੱਖਾਂ ਇੱਕ ਮਿੰਟ ਲਈ ਵੀ ਖੁਸ਼ਕ ਨਹੀਂ ਸੀ ਹੋਈਆਂ ਆਖਰੀ ਸਦਮੇ ਨੂੰ ਸਹਿਣ ਲਈ ਸ਼ਾਇਦ ਆਪਣੇ ਆਪ ਨੂੰ ਤਿਆਰ ਕਰ ਚੁੱਕਾ ਸੀ ਉਸ ਪਾਸ ਹੋ ਜਿਹੜਾ ਆਪਣੀਆਂ ਲਿਖਤਾਂ ਦਾ ਸਰਮਾਇਆ ਸੀ ਕਿਤਾਬਾਂ ਕਾਪੀਆਂ ਦੀ ਪੰਡ ਉਹਨਾਂ ਨੂੰ ਚੰਗੀ ਤਰ੍ਹਾਂ ਬੰਨ ਬਣਾ ਕੇ ਨਾਲੇ ਮੇਰੇ ਕੱਪੜੇ ਲੱਤੇ ਦਾ ਇੱਕ ਟਰੰਕ ਉਹ ਪਹਿਲਾਂ ਹੀ ਇੱਕ ਮੁੰਡੇ ਦੇ ਸਿਰ ਤੇ ਚੁਕਵਾ ਕੇ ਟਰੱਕ 'ਚ ਰੱਖ ਆਇਆ ਸੀ ਬਾਰ ਵੇੜੇ ਚ ਹਿੰਦੁਸਤਾਨੀ ਮਿਲਟਰੀ ਦੇ ਦੋ ਸਪਾਈ ਤੇ ਇੱਕ ਜਮਾਦਾਰ ਮੇਰੀ ਉਡੀਕ ਕਰ ਰਹੇ ਸਨ ਮੈਂ ਘਰ ਛੱਡਣ ਤੋਂ ਪਹਿਲਾਂ ਮਨਸੂਰ ਨੂੰ ਅਲਵਿਦਾ ਕਹਿਣ ਲਈ ਉਸ ਕੋਲ ਵਧੀ ਮਨਸੂਰ ਉਸ ਵੇਲੇ ਤੈਕ ਕੀਤੀ ਹੋਈ ਰਜ਼ਾਈ ਦੀ ਢੋਲ ਨਾਲ ਮੰਜੇ ਤੇ ਉਂਦੀ ਪਾਈ ਬੈਠਾ ਸੀ ਮੈਂ ਜਾ ਕੇ ਉਹਦੇ ਮੋਢੇ ਖਿਲਾਏ ਉੱਠ ਬੈਠਾ ਮੈਨੂੰ ਸਮਝ ਨਹੀਂ ਸੀ ਆਉਂਦੀ ਕਿਵੇਂ ਉਸ ਤੋਂ ਵਿਦਾਇਗੀ ਪ੍ਰਾਪਤ ਕਰਾਂ ਉਹਦੀ ਹਾਲਤ ਵੇਖ ਕੇ ਡਰ ਆ ਰਿਹਾ ਸੀ ਰਾਤੋ ਰਾਤ ਉਹ ਮਰਨ ਹਾਕਾ ਹੋ ਗਿਆ ਉਹਦੀਆਂ ਅੱਖਾਂ ਬਿਲਕੁਲ ਮਰਦੇ ਵਰਗੀਆਂ ਸੀ ਚਿਹਰਾ ਇਕਦਮ ਪੀਲਾ ਬੁਖਾਰ ਵੀ ਉਹਨੂੰ ਕਾਫੀ ਸੀ ਬੁਖਾਰ ਦੀ ਹਾਲਤ ਵਿੱਚ ਬੜੀ ਮੁਸ਼ਕਲ ਨਾਲ ਪਿੰਡੋਂ ਬਾਹਰ ਟਰੱਕ ਤੱਕ ਆਇਆ ਸੀ ਮੈਂ ਕੁਝ ਕਹਿਣੀ ਵਾਲੀ ਸੀ ਕਿਉਂ ਪਹਿਲਾਂ ਹੀ ਬੋਲ ਉੱਠਿਆ ਆਪਾਂ ਇੱਕ ਵਾਰੀ ਉਸੇ ਤਰ੍ਹਾਂ ਆਪਾਂ ਬਣ ਕੇ ਮੈਨੂੰ ਪਿਆਰ ਦੇਂਦੀ ਜੇ ਨਹੀਂ ਤਾਂ ਮੇਰੀ ਜਾਨ ਬੜੀ ਔਖੀ ਨਿਕਲੇਗੀ ਤੇ ਕਹਿੰਦਾ ਕਹਿੰਦਾ ਰੋ ਪਿਆ ਉਹਦੇ ਵਾਕਾਂ 'ਚ ਪਤਾ ਨਹੀਂ ਕੀ ਸੀ ਕਿ ਮੇਰੇ ਦਿਲ 'ਚੋਂ ਸਾਰੀ ਨਫ਼ਰਤ ਉੱਡ ਬੁੱਟ ਗਈ ਇਕ ਹੋਰੀ ਫੇਰ ਉਸ ਰਾਤ ਤੋਂ ਬਾਅਦ ਪਹਿਲਾਂ ਮੰਗ ਮੇਰਾ ਦਿਲ ਉਹਦੇ ਪਿਆਰ ਨਾਲ ਛਲਕ ਪਿਆ ਮੈਂ ਉਹਨੂੰ ਵੱਖੀ ਨਾਲ ਘੁੱਟ ਲਿਆ ਉਹਦਾ ਸਿਰ ਚੁੰਮਿਆ ਉਹਦੀ ਪਿੱਠ ਕੋਲੋਸਣ ਲੱਗੀ ਤੇ ਜਦ ਬਾਹਰ ਖੜੋਤੀ ਪਾਰਟੀ ਦੀਆਂ ਘੜੀਮੁੜੀ ਦੀਆਂ ਆਵਾਜ਼ਾਂ ਕਾਰਨ ਮੈਂ ਮਨਸੂਰ ਨੂੰ ਛੱਡਿਆ ਤੇ ਉਹਦੇ ਚਿਹਰੇ ਦੀ ਟੁਕੜੀ ਅੱਜ ਫੇਰ ਮੈਨੂੰ ਚਮਕਦੀ ਵਿਖਾਈ ਦਿੱਤੀ ਪਰ ਇਹਦੇ ਨਾਲ ਹੀ ਮੈਂ ਵੇਖਿਆ ਜਿਵੇਂ ਉਹਦਾ ਸਾਹ-ਸੱਤ ਮੁੱਕਦਾ ਜਾਂਦਾ ਸੀ ਮੈਂ ਉਹਨੂੰ ਸਹਜ ਨਾਲ ਮੰਜੇ ਤੇ ਬਿਠਾਇਆ ਉਹ ਬੇਪਰਾਣਾ ਜਿਹਾ ਹੋ ਕੇ ਰਜਾਈ ਦੀ ਢੋਹ ਤੇ ਡਿੱਗ ਪਿਆ ਜਾਨ ਤੋਂ ਪਹਿਲਾਂ ਇੱਕ ਵਾਰੀ ਫੇਰ ਮੈਂ ਉਹਨੂੰ ਪਿਆਰਿਆ ਫੇਰ ਜਾਣ ਦੀ ਆਗਿਆ ਮੰਗੀ ਬੜੀ ਮੁਸ਼ਕਲ ਨਾਲ ਉਹਨੇ ਉਹਨੂੰ ਨਾਲ ਤੁਰਨ ਤੋਂ ਰੋਕਿਆ ਮੈਨੂੰ ਡਰ ਸੀ ਰਾਂਚੀ ਡਿੱਗ ਪਵੇ ਟਰੱਕ ਅੱਧਾ ਕੁ ਫਰਲਾਂਗ ਦੀ ਬਾੜ ਤੇ ਸੀ ਛੇਕੜ ਮੈਂ ਉਸ ਤੇ ਜਾ ਬੈਠੀ ਤੇ ਡਰਾਈਵਰ ਇੰਜਨ ਸਟਾਰਟ ਕਰਨ ਲੱਗਾ ਜਿਸ ਤੋਂ ਉਹਨੂੰ ਕਾਫੀ ਧੀਰ ਲੱਗੀ ਇਹਨੇ ਨੂੰ ਕੀ ਵੇਖਦੀਆਂ ਮਨਸੂਰ ਛੋਟੀ ਦੇ ਆਸਰੇ ਓਕੇ ਓਕੇ ਕਦਮ ਪੁੱਟਦਾ ਕਾਲੀ ਨਾਲ ਤੁਰੇ ਆ ਰਿਹਾ ਸੀ ਮੈਨੂੰ ਜਾਪਿਆ ਜਿਵੇਂ ਹੋਰ ਦੋ ਚਾਰ ਕਦਮ ਤੁਰਨ ਤੋਂ ਬਾਅਦ ਮੂੰਹ ਪਰਨੇ ਡਿੱਗ ਪਏਗਾ ਮੈਂ ਛੇਤੀ ਨਾਲ ਟਰੱਕ ਚੋਂ ਛਾਲ ਮਾਰ ਕੇ ਜਵੰਦਾਰ ਕੋਲੋਂ 2 ਮਿੰਟਾਂ ਦੀ ਇਜਾਜ਼ਤ ਲੈ ਕੇ ਦੌੜੀ ਰਸਤੇ 'ਚ ਉਹਨੂੰ ਜਾ ਮਿਲੀ ਪਰ ਉਹ ਰੁਕਿਆ ਨਾ ਮੈਂ ਬਾਹ ਦਾ ਅਸਰਾ ਦਿੱਤਾ ਉਹ ਉਹ ਨਾਲ ਤੁਰ ਹੀ ਆਈ ਉਸ ਵੇਲੇ ਮੈਨੂੰ ਸਾਫ਼ ਦਿਖਾਈ ਦੇ ਰਿਹਾ ਸੀ ਕਿ ਮਨਸੂਰ ਹੁਣ ਥੋੜੇ ਚਿਰ ਦਾ ਮਹਿਮਾਨ ਹੈ ਉਹ ਬੋਲ ਕੇ ਕੁਝ ਕਹਿਣਾ ਚਾਹੁੰਦਾ ਸੀ ਪਰ ਉਹ ਬੋਲ ਨਹੀਂ ਸੀ ਸਕਦਾ ਉਹਦਾ ਸਰੀਰ ਕੰਬ ਰਿਹਾ ਸੀ ਸਭ ਤੋਂ ਜ਼ਿਆਦਾ ਹੂਠ ਫਿਰ ਵੀ ਇੰਨੀ ਗੱਲ ਕਿਸੇ ਤਰ੍ਹਾਂ ਉਹ ਕਹਿਣ ਵਿੱਚ ਕਾਮਯਾਬ ਹੋ ਗਿਆ ਅੱਪਾ ਤੇਰੀ ਮੈਂ ਕਚੋਰੀ ਕੀਤੀ ਸੀ ਉਹਦੀ ਮਾਫੀ ਮੰਗਣੀ ਭੁੱਲ ਗਿਆ ਮੇਰੇ ਪੁੱਛਣ ਤੇ ਉਹਨੇ ਕਿਹਾ ਤੇਰੇ ਸਿਰ ਚੋਂ ਮੈਂ ਇੱਕ ਲਿੱਟ ਕਤਰ ਲਈ ਸੀ ਸੁਣ ਕੇ ਡਾਕਟਰ ਨੂੰ ਕੱਲ ਦੀ ਗੱਲ ਚੇਤੇ ਆ ਗਈ ਜਦ ਮੋਟਰ ਵਿੱਚ ਉਸ ਪੁੰਨਿਆ ਦੇ ਸਿਰ ਚੋਂ ਕੁਝ ਵਾਲ ਕਤਰੇ ਹੋਣ ਦਾ ਨਿਸ਼ਾਨ ਵੇਖਿਆ ਸੀ ਪੁੰਨਿਆ ਕਹਿੰਦੀ ਗਈ ਤੇ ਜਦ ਮੈਂ ਉਹਨੂੰ ਇੱਕ ਵਾਰੀ ਫੇਰ ਛੇਕੜ ਦਾ ਪਿਆਰ ਦੇ ਕੇ ਟਰੱਕ ਤੇ ਚੜਨ ਲੱਗੀ ਤਾਂ ਉਸ ਜੇਬ ਚੋਂ ਇੱਕ ਤਵੀਜ਼ ਕੱਢਿਆ ਜਿਹੜਾ ਪੇਚ ਨਾਲ ਖੁੱਲਦਾ ਮਿੱਟੀ ਦਾ ਸੀ ਕਮ ਦੇ ਹੱਥਾਂ ਨਾਲ ਮੇਰੇ ਵੱਲ ਵਧਾਉਂਦਾ ਗਿਆ ਨਗਾ ਇਹ ਮੇਰੀ ਆਪਾ ਦੀ ਨਿਸ਼ਾਨੀ ਹੈ ਜਿਹੜੀ ਉਸ ਮੈਨੂੰ ਪਾਕਿਸਤਾਨ ਆਉਣ ਤੋਂ ਕਾਫੀ ਚਿਰ ਕਲਾਂ ਦਿੱਤੀ ਸੀ ਜਿੰਨ ਮੈਂ ਅਜੇ ਤੀਕ ਸਾਂਭੀ ਰੱਖਿਆ ਪਰ ਹੁਣ ਇਹਦੇ ਸੰਭਾਲਣ ਦੀ ਜ਼ਿੰਮੇਵਾਰੀ ਮੈਂ ਤੈਨੂੰ ਸੌਂਪਦਾ ਉਹ ਵਿਚਾਰਾ ਜੇ ਹੋਰ ਵੀ ਕੁਝ ਗੱਲਾਂ ਕਰਨਾ ਚਾਹੁੰਦਾ ਸੀ ਪਰ ਮਿਲਟਰੀ ਵਾਲਿਆਂ ਕਾਲ ਮਚਾਈ ਸੀ ਉਸ ਪਾਸੋਂ ਤਾਵੀਜ਼ ਲੈ ਲਿਆ ਤੇ ਉਹਨੂੰ ਆਖਰੀ ਪਿਆਰ ਦੇ ਕੇ ਟਰੱਕ 'ਚ ਸਵਾਰ ਹੋ ਗਈ ਇਸ ਤੋਂ ਅੱਗੇ ਪੁੰਨਿਆ ਬੋਲ ਨਾ ਸਕੀ ਦੋ ਕਮਿੰਟਾਂ ਬਾਅਦ ਆਪਣੇ ਗਲੇ ਨੂੰ ਠੀਕ ਕਰਦੀ ਹੋਈ ਇਨਾ ਹੋਰ ਕਹਿ ਸਕੀ ਤੀਜੇ ਚੌਥੇ ਦਿਨ ਜਦੋਂ ਮੈਂ ਅੰਮ੍ਰਿਤਸਰ ਵਿੱਚ ਸਾਂ ਉਸੇ ਮਿਰਦਲਾ ਭੈਣ ਦੀ ਪਾਰਟੀ ਵਿੱਚੋਂ ਇੱਕ ਨੇ ਮੈਨੂੰ ਮਨਸੂਰ ਦੀ ਮੌਤ ਦਾ ਹਾਲ ਸੁਣਾਇਆ ਉਸ ਦੱਸਿਆ ਕਿ ਟਰੱਕ ਤੁਰਨ ਤੋਂ ਬਾਅਦ ਮਨਸੂਰ ਜੀ ਆ ਡਿੱਗਾ ਕੇ ਮੁਰਨਾ ਉੱਠਿਆ ਛੇਕੜ ਪੁੰਨਿਆ ਨੇ ਇੰਨੀ ਗੱਲ ਹੋਰ ਦੱਸੀ ਕਿ ਮਨਸੂਰ ਦੀ ਜਿਹੜੀ ਜੀਵਨ ਪੂੰਜੀ ਉਹ ਨਾਲ ਲਈ ਸੀ ਉਹਦੀਆਂ ਲਿਖਤਾਂ ਦੀ ਗੰਢੜੀ ਪਾਕਿਸਤਾਨ ਦੀ ਸਰਹੱਦ ਤੇ ਜਦੋਂ ਦੀ ਤਲਾਸ਼ੀ ਲਈ ਗਈ ਕਸਟਮ ਵਾਲਿਆਂ ਉਸ ਗੰਢੀ ਤੇ ਕਬਜ਼ਾ ਕਰ ਲਿਆ ਉਹਨਾਂ ਦਾ ਕਹਿਣਾ ਸੀ ਕਿ ਉਹ ਪਾਕਿਸਤਾਨ ਦੀ ਦੌਲਤ ਹੈ ਇਹਨੂੰ ਹਿੰਦੁਸਤਾਨ ਲੈ ਜਾਣ ਦੀ ਜਲਦਤ ਨਹੀਂ ਦਿੱਤੀ ਜਾ ਸਕਦੀ ਆਪਣੀ ਆਪ ਬੀਤੀ ਸੁਣਾ ਚੁੱਕਣ ਤੋਂ ਬਾਅਦ ਪੁੰਨਿਆ ਨੇ ਡਾਕਟਰ ਵੱਲ ਜ਼ਰਾ ਢੁੰਗੇਰੇ ਧਿਆਨ ਨਾਲ ਤੱਕਿਆ ਡਾਕਟਰ ਦੀਆਂ ਅੱਖਾਂ ਫਰਸ਼ ਦੀਆਂ ਟਾਈਲਾਂ ਤੇ ਗੱਡੀਆਂ ਹੋਈਆਂ ਸਨ ਉਹ ਕਿਸੇ ਗਹਿਰੇ ਖਿਆਲ ਵਿੱਚ ਗਵਾਚਿਆ ਸੀ ਕਿਹੜੇ ਵੇਲੇ ਪੁੰਨਿਆ ਨੇ ਬੋਲਣਾ ਬੰਦ ਕਰ ਦਿੱਤਾ ਉਹਨੂੰ ਪਤਾ ਤੱਕ ਨਾ ਲੱਗਿਆ ਉਦੀ ਇਕਾਗਰਤਾ ਉਦੋਂ ਭੰਗ ਹੋਈ ਜਦੋਂ ਪੁੰਨਿਆ ਦੇ ਮੂੰਹੋਂ ਸੁਣਾਈ ਦਿੱਤਾ ਚੰਗਾ ਡਾਕਟਰ ਜੀ ਹੁਣ ਤੁਸੀਂ ਜਾ ਸਕਦੇ ਹੋ ਡਾਕਟਰ ਦੀ ਨਜ਼ਰ ਟਾਇਲਾਂ ਤੋਂ ਉੱਠ ਕੇ ਪੁੰਨਿਆ ਦੇ ਚਿਹਰੇ ਤੇ ਜਾ ਟਿਕੀ ਪਰ ਪੁੰਨਿਆ ਨੇ ਉਹਨੂੰ ਕਿਹਾ ਬਿਨਾਂ ਮਤਲਬ ਸਮਝਿਆਂ ਉਹ ਬੈਠੀ ਹੋਈ ਆਵਾਜ਼ ਟੁਕ ਬੋਲੀ ਪੁੰਨਿਆ ਜੀ ਮੈਂ ਤੇ ਵਾਕ ਨੂੰ ਵਿੱਚੇ ਛੱਡ ਕੇ ਚੁੱਪ ਹੋ ਗਿਆ ਪੁੰਨਿਆ ਨੇ ਉਹਦੀ ਹਾਲਤ ਵੱਲ ਕੋਈ ਧਿਆਨ ਨਾ ਦਿੱਤਾ ਕੁਰਸੀ ਤੋਂ ਉੱਠ ਕੇ ਬਾਹਰ ਵੱਲ ਜਾਂਦੀ ਬੋਲੀ ਜਾਂਦੀ ਹੋਈ ਬਾਹਰ ਲਾਬੂਆ ਬੰਦ ਕਰ ਜਾਣਾ ਪ੍ਰਭਾਤ ਦੀ ਧੁੰਦਲੀ ਸਫਦੀ ਆਕਾਸ਼ ਉਤੇ ਫੈਲ ਰਹੀ ਸੀ ਭਾਵੇਂ ਕਿ ਬੱਦਲ ਕਾਫੀ ਸੰਘਣੇ ਸਨ ਹਵਾ ਬੰਦ ਹੋ ਗਈ ਸੀ ਜਿਹੜੀ ਸ਼ਾਇਦ ਇਸ ਗੱਲ ਦਾ ਚਿੰਨ ਸੀ ਕਿ ਇੱਕ ਵਾਰੀ ਫੇਰ ਝੱਖੜ ਜਮੀ ਆਉਣ ਵਾਲਾ ਹੈ ਜ਼ਰਾ ਇੱਕ ਮਿੰਟ ਪੁੰਨਿਆ ਜੀ ਡਾਕਟਰ ਦੀ ਆਵਾਜ਼ ਸੁਣ ਕੇ ਪੁੰਨਿਆ ਬੁਹੇ ਚ ਰੁਕੀ ਤੇ ਪਿਛਾਂ ਮੁੜੀ ਡਾਕਟਰ ਦੀ ਆਵਾਜ਼ ਤੇ ਸ਼ਰਮਸਾਰ ਜਿਹਾ ਤਰਲਾ ਸੀ ਮੇਰੀਆਂ ਵੀ ਦੋ ਚਾਰ ਗੱਲਾਂ ਸੁਣਦੇ ਜਾਓ ਨਹੀਂ ਡਾਕਟਰ ਜੀ ਪੁੰਨਿਆ ਉਸੇ ਤਰ੍ਹਾਂ ਖੜੀ ਖੜੋਤੀ ਬੋਲੀ ਹੁਣ ਸਾਡੇ ਲਈ ਕੁਝ ਵੀ ਕਹਿਣਾ ਸੁਣਨਾ ਬਾਕੀ ਨਹੀਂ ਰਿਹਾ। ਅੱਛਾ 2 ਮਿੰਟ ਲਈ ਬੈਠਦਾ ਜਾਓ। ਪੁੰਨਿਆ ਬੈਠ ਗਈ। ਪੁੰਨਿਆ ਜੀ। ਹਾਂਜੀ। ਮਾਫ ਕਰਨਾ ਮੈਂ ਤੁਹਾਨੂੰ ਸਮਝ ਨਹੀਂ ਸੀ ਸਕਿਆ ਪਰ ਮੈਂ ਤਾਂ ਤੁਹਾਨੂੰ ਸਮਝ ਗਈਆਂ। ਪੁੰਨਿਆ ਜੀ ਮੇਰੀ ਤਕਸੀਰ ਮਾਫ ਕਰੋ। ਮੇਰੀਆਂ ਅੱਖਾਂ ਅੱਗੇ ਬਹੁਤ ਮੋਟਾ ਪਰਦਾ ਸੀ। ਜਿਹੜਾ ਦੂਰ ਹੋ ਚੁੱਕਿਆ ਮੈਂ ਤੁਹਾਨੂੰ ਜੋ ਕੁਝ ਕਹਿ ਚੁੱਕਾ ਵਾਪਸ ਲੈਣਾ। ਅਸਲ 'ਚ ਤੁਸੀਂ ਮਾਨਵਤਾ ਦੀ ਹੱਦ ਤੋਂ ਬਹੁਤ ਉੱਚੇ ਸੋ ਤੇ ਮੈਂ ਹਿੱਟਲੀ ਪੱਧਰ ਤੇ ਖੜਾ ਸੀ। ਜਿਸ ਕਰਕੇ ਤੁਹਾਡੀ ਨੁਹਾਰ ਮੈਨੂੰ ਵਿਖਾਈ ਨਹੀਂ ਸੀ ਦੇ ਸਕੀ। ਸਖਤ ਸ਼ਰਮਿੰਦਾ ਇਹਨਾਂ ਗੱਲਾਂ ਦਾ ਹੁਣ ਕੋਈ ਲਾਭ ਨਹੀਂ ਡਾਕਟਰ ਜੀ ਮੰਨਿਆਂ ਕਿ ਤੁਸੀਂ ਮੈਨੂੰ ਪਛਾਣਨ 'ਚ ਦੇਰ ਕਰ ਦਿੱਤੀ ਹੈ ਪਰ ਮੈਂ ਬਿਨਾਂ ਕਿਸੇ ਵੱਲ ਵਿੰਗ ਤੋਂ ਕਹਿ ਦਿੰਦੀ ਆ ਕਿ ਤੁਸੀਂ ਮੇਰੇ ਕੰਮ ਦੀ ਚੀਜ਼ ਨਹੀਂ ਹੋ ਇਹਨਾਂ ਹੋਰ ਵੀ ਸੁਣ ਲਾ ਕਿ ਤੁਸੀਂ ਮੇਰਾ ਦਿਲ ਤੋੜਨ ਦਾ ਜਿਹੜਾ ਪਾਪ ਕੀਤਾ ਉਹਨੂੰ ਤਾਂ ਮੈਂ ਮਾਫ਼ ਕਰ ਸਕਦੀ ਆ ਪਰ ਮੈਨੂੰ ਦੁੱਖ ਹੋ ਇਸ ਗੱਲ ਦਾ ਕਿ ਤੁਸੀਂ ਮੇਰੇ ਦਿਲ ਦੇ ਤਖਤ ਤੋਂ ਡਿੱਗ ਪਏ ਹੋ ਜਿਹਦੇ ਨਾਲ ਹੀ ਜਿਹਦੇ ਨਾਲ ਹੀ ਮੇਰਾ ਇੱਕ ਸੁਪਨਾ ਵੀ ਟੁੱਟ ਗਿਆ ਮੈਨੂੰ ਨਹੀਂ ਸੀ ਪਤਾ ਤੁਸੀਂ ਇੰਨੀ ਘਟੀਆ ਜ਼ਹਨੀयत ਦੇ ਮਾਲਕ ਹੋ ਕਿ ਚੰਮ ਤੋਂ ਗਾਂਹ ਤੁਹਾਡੀ ਨਜ਼ਰ ਹੀ ਨਹੀਂ ਜਾ ਸਕਦੀ ਤੁਸੀਂ ਜਿਸ ਤੱਕੜੀ ਤੇ ਰੱਖ ਕੇ ਮੈਨੂੰ ਤੋਲਿਆ ਉਸ ਪਾਸਕੂ ਸੀ ਨਹੀਂ ਤਾਂ ਮੇਰੀ ਕੀਮਤ ਤੁਸੀਂ ਇੰਨੀ ਘਟਕਦੀ ਨਾ ਪਾਉਂਦੇ ਇੱਕ ਵਾਰੀ ਫੇਰ ਕਹਦੇ ਆ ਕਿ ਮੈਂ ਸਿਰਫ ਦੋ ਹੀ ਗੱਲਾਂ ਜਾਣਦੀ ਹਾਂ ਕੀ ਡਾਕਟਰ ਨੇ ਬਿਨਾਂ ਉਸ ਵੱਲ ਤੱਕੇ ਪੁੱਛਿਆ ਪੁਨੀਆ ਨੇ ਸੰਖੇਪ ਚ ਜਵਾਬ ਦਿੱਤਾ ਪਿਆਰ ਜਾਂ ਨਫ਼ਰਤ ਧੰਨਵਾਦ ਚੱਲਦਾ